आउज़ु बिल्लाहि मिनश्शैतानिर्रजीम, बिस्मिल्लाहिर्रहमानिर्रहीम। बानी पिजन स्पोर्ट्स मैगजीन गुजरात पाकिस्तान ऑफ कसूर, अज तमाम दोस्तों की खिदमत एक दफ़ा कसूर की सरजमीन तो उस्ताद असगर काका साहब उन्होंने छतों एक दफ़ा फिर लाइव हाजिर हाँ। और थोड़ा जहा टाइम शॉर्ट होने की खातर कबूतर उड़ाए के गए ने दोस्तों शेयर कर रहे हैं। तकरीबन पल्ले का टाइम तो 6 बजे का सी, मैंने 6 बजे का टाइम दिता ही तो मैं 5:30 पहुँचा तो कबूतर उड़ाए गए ने। यह देखो जी, ठीक है, 7 कबूतर उड़ाए गए ने। जरा कबूतर डिटेल नाल दिखा दें सब दोस्तों, फिर उस्ताद असगर काका साहब उन्हों का थोड़ा जहा इंटरव्यू करा इस हवाले नाल, इस टूरनामेंट के हवाले नाल। कसूर की सरजमीन तो उस्ताद असगर काका ऑफ कसूर उन्हों की छत तो इस टाइम लाइव हाजिर हाँ जी। हैदर भाई दी ग्रेट, हैदर भाई यूके तो साढ़े नाल जी। अस्सलाम वालेकुम। हाँ जी उस्ताद जी, कबूतर उड़ गए। चलो कोई नी, अल्लाह खैर करेगा, अल्लाह पाक सब दे परिंदियां दे परां च बरकत पाए। उस्ताद जी, है जेड़ा टूरनामेंट कप शौक दा मेला सज्जना दा, उन्दे विच तुसी पहले भी मौजूद सी, उस हवाले नाल तुहाडा पहले कितना चौथा नंबर सी? पहले आपा चौथे नंबर ते आ, माशाल्लाह उदो बच्चियां दा टूरनामेंट सी। ਤੇ ਇਹ ਵੱਡਿਆਂ ਦਾ ਹੈ। ਤੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਦੇ ਆਗਾਜ਼ ਵਾਸਤੇ, ਜਿਹੜਾ ਸਵੇਰ ਸਵੇਰ ਕਬੂਤਰ ਉਡਾਏ ਗਏ ਨੇ? ਉਹਨੂੰ ਮਾਸ਼ਾਅੱਲਾ ਉੱਡ ਗਿਆ ਨੇ, ਹੁਣ ਅੱਲਾਹ ਤਾਲਾ ਬੰਦੇ ਦੇ ਪੂਰੇ ਕਰੇ ਜੀ। ਜੀ ਮਾਸ਼ਾਅੱਲਾ, ਧਰਮ ਕਦਰਾਂ ਦੀ ਬਿਲਕੁਲ ਬਿਲਕੁਲ ਸਰ, ਅੱਛੇ ਉੱਡ ਕੇ ਪਿਆ, ਠੀਕ ਹੋ ਗਿਆ ਜਿਵੇਂ ਅੱਲਾਹ ਤਾਲਾ ਮਨਜ਼ੂਰ ਹੋਣਾ ਤੋ। ਬਿਲਕੁਲ ਬਿਲਕੁਲ ਸਰ, ਚਲੋ ਕੋਈ ਨਹੀਂ, ਅੱਲਾਹ ਖੈਰ ਕਰੇਗਾ। ਲੋ ਜੀ ਦੋਸਤੋ, ਇਹ ਛੋਟੀ ਜੀ ਗੱਪਸ਼ਪ ਉਸਤਾਦ ਨਾਲ ਹੋਈ ਹੈ ਤੇ ਮਜ਼ਾ ਆਇਆ, ਤੇ ਜਿਹੜਾ ਮੁਨਸਫ ਆਇਆ ਭਾਈ ਉਹਦੇ ਨਾਲ ਵੀ ਗੁਫ਼ਤਗੂ ਹੋਏਗੀ ਥੋੜੀ ਜੀ। ਵਧਨੇ ਆ ਕੈਮਰੇ ਦਾ ਰੁਖ, ਕੈਮਰੇ ਦਾ ਰੁਖ ਕਰਨੇ ਆ ਉਹਨਾਂ ਦੀ ਤਰਫ ਜੀ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਭਾਈ ਜੀ, ਕੀ ਹਾਲ ਹੈ? ਅੱਲਾਹ ਦਾ ਕਰਮ, ਖਰੀਏ ਤੇ? ਅੱਲਾਹ ਦਾ ਕਰਮ। ਕਿਹੜੀ ਛੱਤ ਤੋਂ ਆਇਓ ਭਾਈ? ਰੋਡ ਕੋਟ ਆਇਆ, ਰਾਸ਼ਦ ਕਮਾਂਡੋ। ਅੱਛਾ, ਰਾਸ਼ਦ ਕਮਾਂਡੋ ਦੀ ਛੱਤ ਤੋਂ, ਠੀਕ ਹੋ ਗਿਆ ਮਾਸ਼ਾਅੱਲਾ। ਤੇ ਪਰਿੰਦੇ ਵਗੈਰਾ ਠੀਕ ਸੀ? ਠੀਕ ਹੈ, ਅੱਲਾਹ ਪਾਕ ਖੈਰ ਕਰੇ। ਠੀਕ ਹੋ ਗਿਆ, ਮੋਰਾ ਸ਼ੋਰਾ ਲੱਗ ਗਈ ਹੈ ਕਿਉਂਕਿ ਮੈਂ ਥੋੜਾ ਜਿਹਾ ਐਵੇਂ 1-2 ਮਿੰਟ ਦਾ ਹੀ ਬਲਾ ਪਿਆ। ਹਾਂਜੀ ਭਾਈ, ਹਾਂਜੀ, ਠੀਕ ਹੋ ਗਿਆ। ਚਲੋ ਕੋਈ ਨਹੀਂ, ਤੇ ਕੋਈ ਕੋਈ ਕਮੀ ਜਾਂ ਕੋਈ ਵੀ ਕਿਸੇ ਕਿਸਮ, ਠੀਕ ਹੋ ਗਿਆ ਭਾਈ, ਬਹੁਤ ਮਿਹਰਬਾਨੀ ਸਰ। ਲਓ ਜੀ ਦੋਸਤੋ, ਇਹ ਛੋਟੀ ਜਿਹੀ ਗੁਫ਼ਤਗੂ ਹੋਈ ਹੈ, ਇਹ ਮੇਰੇ ਪਿੱਛੇ ਉਸਤਾਦ ਅਸਗਰ ਕਾਕਾ ਸਾਹਿਬ ਉਹਨਾਂ ਦੇ ਕੇਜ ਨੇ ਕਬੂਤਰਾਂ ਦੇ, ਅਤੇ ਮਾਸ਼ਾਅੱਲਾ 24-25 ਬੰਦੇ ਸਾਡੇ ਨਾਲ ਲਾਈਵ ਇਸ ਟਾਈਮ ਸਵੇਰ ਸਵੇਰ ਹਾਜ਼ਰ ਨੇ। ਅਤੇ ਜਿਵੇਂ ਹੀ ਅੱਗੇ ਲਾਈਵ ਦਾ ਆਗਾਜ਼ ਹੋਏਗਾ, ਕਬੂਤਰ ਬੈਠਣ ਦੇ ਮਨਾਜ਼ਰ ਵੀ ਦਿਖਾਵਾਂਗੇ ਦੋਸਤਾਂ ਨੂੰ। ਸਾਡੀ ਲਾਈਵ ਦੇ ਨਾਲ ਰਹੋ ਔਰ ਲਾਈਕ ਕਮੈਂਟ ਦੇ ਨਾਲ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਇਹਨਾਂ ਨਾਲ ਸਾਡੀ ਵੀ ਹੌਸਲਾ ਅਫਜ਼ਾਈ ਹੁੰਦੀ ਹੈ। ਔਰ ਜਿੰਨੇ ਵੀ ਸਾਡੇ ਦੋਸਤ ਨੇ ਸ਼ੌਕੀਨ ਹਜ਼ਰਾਤ ਦੇਖਣ ਵਾਲੇ, ਸਭ ਨੂੰ ਸਾਡੀ ਵੀਡੀਓ ਮਿਲਦੀ ਰਹਿੰਦੀ, ਉਨੀ ਦੇਰ ਵਾਸਤੇ ਆਪਣੇ ਭਾਈ ਨੂੰ ਜ਼ਿਸ਼ਾਨ ਅਲੀ ਨੂੰ ਦਿਓ ਇਜਾਜ਼ਤ। ਨੈਕਸਟ ਵੀਡੀਓ ਨਾਲ ਫਿਰ ਦੁਬਾਰਾ ਹਾਜ਼ਰ ਹੋਵਾਂਗਾ। ਅੱਲਾ ਹਾਫਿਜ਼।